ਅਸਤੇ ਖੇਲ ਤ ਤੇਰੇ ਦਿਉਰੇ ਆਇਆ ਅਗਲਾ ਪ੍ਰਸੰਗ ਇੱਕ ਹੋਰ ਗੁਰਦੁਆਰੇ ਵਿੱਚ ਗਿਆਨੀ ਮਾਨ ਸਿੰਘ ਜੀ ਇੱਕ ਹਫ਼ਤੇ ਵਾਸਤੇ ਕਥਾ ਕਰਨ ਲਈ ਪਹੁੰਚ ਗਏ ਵਿਦੇਸ਼ ਵਿੱਚ ਕੀਰਤਨੀ ਜਥੇ ਢਾਡੀ ਜਥੇ ਪਾਠੀ ਅਤੇ ਕਥਾਵਾਚਕ ਜਾਂਦੇ ਹੀ ਪੌਂਡਾਂ ਅਤੇ ਡਾਲਰਾਂ ਵਾਸਤੇ ਹਨ ਜਿੰਨੀ ਦੇਰ ਉੱਧਰ ਰਹਿਣਾ ਗੁਰਦੁਆਰੇ ਵਿੱਚ ਹੀ ਵਿਸ਼ਰਾਮ ਕਰਨਾ ਕਮਰਾ ਕਿਰਾਏ ਤੇ ਲੈਣਾ ਕੋਈ ਨਹੀਂ ਲੰਗਰ ਪ੍ਰਸ਼ਾਦਾ ਗੁਰਦੁਆਰਿਆਂ ਸ਼ਕ ਲੈਣਾ ਰੋਟੀ ਦੇ ਪੈਸੇ ਬਚ ਗਏ ਜੇ ਕਿਧਰੇ ਜਾਣਾ ਪੈ ਜਾਵੇ ਤਾਂ ਕਿਸੇ ਸਿੱਖ ਵੀਰ ਨੇ ਆਪਣੀ ਗੱਡੀ ਤੇ ਛੱਡ ਆਉਣਾ ਤੇ ਲੈ ਆਉਣਾ ਤੇ ਰਾਜ ਦੇ ਪੈਸੇ ਬਚ ਗਏ ਕੋਟ ਬੂਟ ਜੁਰਾਬਾਂ ਵੀ ਕੋਈ ਨਾ ਕੋਈ ਸਰਤਾਲੂ ਲਿਆ ਦਿੰਦਾ ਹੈ ਪਾਠਾਂ ਦੀਆਂ ਰੌਲਾ ਤੇ ਕਥਾ ਕੀਰਤਨ ਦੇ ਅਰਦਾਸਾਂ ਦੇ ਜੋ ਪੈਸੇ ਮਿਲਣ ਸਾਰੇ ਬਚਤ ਹੀ ਹੁੰਦੇ ਨੇ ਉੱਪਰੋਂ ਸੋਨੇ ਤੇ ਸੁਹਾਗਾ ਕਿ ਇੱਧਰ ਭਾਰਤ ਵਿੱਚ ਆ ਕੇ 1 ਡਾਲਰ ਦੇ ਬਣ ਜਾਂਦੇ ਨੇ 60 ਰੁਪਏ ਉਹਨਾਂ ਸਮਿਆਂ 'ਚ ਤਾਂ ਡਾਲਰ ਦੇ 60 ਰੁਪਏ ਸੀ ਪਰ ਅੱਜ ਕੱਲ ਤਾਂ 75 ਰੁਪਏ ਬਣ ਜਾਂਦੇ ਨੇ ਕਰੀਬ 1 ਡਾਲਰ ਦੇ ਯੂਰੋ ਦੇ ਬਣ ਜਾਂਦੇ ਨੇ ਤਕਰੀਬਨ 80 ਰੁਪਏ 1 ਪਾਉਂਡ ਦੇ ਬਣ ਜਾਂਦੇ ਨੇ 100 ਰੁਪਏ 1 ਰਿਆਲ ਦੇ ਬਣ ਜਾਂਦੇ ਨੇ 115 ਰੁਪਏ ਰਿਆਲ 사ウਦੀ ਅਰਬ ਦੀ ਕਰੰਸੀ ਹੈ ਇਉਂ 4-6 ਮਹੀਨੇ ਪੂਰੀ ਮਿਹਨਤ ਕਰਨ ਤੋਂ ਬਾਅਦ ਕੁਝ ਮਾਇਆ ਦੇ ਵੀ ਨਸੀਬ ਹੁੰਦੀ ਹੈ ਲੋਕਾਂ ਨੂੰ ਇਹੂੰ ਪ੍ਰਤੀਤ ਹੁੰਦਾ ਹੈ ਕਿ ਉੱਥੇ ਮਾਇਆ ਸ਼ਾਇਦ ਰੁੱਖਾਂ ਨੂੰ ਲੱਗਦੀ ਹੈ ਜਾਂ ਰੂੜੀਆਂ ਤੇ ਢੇਰ ਲੱਗੇ ਪਏ ਨੇ ਜਾਂ ਸੜਕਾਂ ਤੇ ਛੁੱਟੀ ਹੋਈ ਲੱਭ ਜਾਂਦੀ ਹੈ ਜੀ ਨਹੀਂ ਜਿਆਦਾ ਬਰਕਤ ਇਸ ਲਈ ਪੈ ਜਾਂਦੀ ਹੈ ਕਿ ਉਧਰ ਧਾਰ ਬੰਕ ਦੌਰੇ ਵਾਲੇ ਦਾ ਖਰਚਾ ਕੋਈ ਨਹੀਂ ਹੁੰਦਾ ਇੱਧਰ ਆ ਕੇ ਪੈਸੇ ਕਈ ਗੁਣਾ ਵੱਧ ਜਾਂਦੇ ਨੇ ਇਉਂ ਜਹਾਜ਼ ਦਾ ਟਿਕਟ ਅੰਬੈਸੀ ਦੀ ਫੀਸ ਅਤੇ ਹੋਰ ਖਰਚੇ ਕੱਢ ਕੇ ਪਰਿਵਾਰ ਦੇ ਗੁਜ਼ਾਰੇ ਯੋਗੀ ਰਕਮ ਘਰ ਆ ਜਾਂਦੀ ਹੈ ਮਾਨ ਸਿੰਘ ਕਥਾ ਕਰ ਰਿਹਾ ਸੀ ਇੱਕ ਗੁਰਦੁਆਰੇ ਵਿੱਚ 15 ਕ ਬਜ਼ੁਰਗ ਮਾਈ ਭਾਈ ਪਿੱਛੇ ਦੂਰ ਜਿਹੇ ਕੰਧ ਨਾਲ ਢੋਲ ਆਈ ਬੈਠੇ ਕਥਾ ਸੁਣ ਰਹੇ ਸਨ ਜਾਂ ਸਮਝ ਲਓ ਵਕਤ ਗੁਜ਼ਾਰ ਰਹੇ ਸਨ ਜਿਨ੍ਹਾਂ ਲਈ ਹੋਰ ਕੋਈ ਕੰਮ ਨਹੀਂ ਉਹ ਗੁਰਦੁਆ ਗੁਰਦੁਆਰੇ ਆ ਕੇ ਗੱਪ ਸ਼ੱਪ ਕਰਕੇ ਰਾਤ ਨੂੰ ਘਰ ਚਲੇ ਜਾਂਦੇ ਹਨ ਅਜਿਹੇ ਬਜ਼ੁਰਗਾਂ ਦੀ ਕਥਾ ਵਿੱਚ ਰੁਚੀ ਘੱਟ ਹੀ ਹੋਇਆ ਕਰਦੀ ਹੈ ਨਾਲੇ ਹਰ ਰੋਜ਼ ਕੀਰਤਨ ਕਥਾ ਵਾਲਿਆਂ ਨੂੰ ਕੌਣ ਡਾਲਰ ਅਰਦਾਸ ਕਰਾਉਂਦਾ ਰਹੇ ਔਖਾ ਹੈ ਇਹ ਕੰਮ ਤਾਂ ਭਾਈ ਬਹੁਤ ਔਖਾ ਹੈ ਮਾਨ ਸਿੰਘ ਦਾ ਕਥਾ ਕਰਦੇ ਆ ਅੱਧਾ ਸਮਾਂ ਬੀਤ ਗਿਆ ਸਟੇਜ ਤੇ ਡਾਲਰ ਕੋਈ ਨਾ ਆਇਆ ਸੋਚਿਆ ਮਨਾ ਖਰਚੇ ਕਿਵੇਂ ਪੂਰੇ ਹੋਣਗੇ ਇੱਕ ਫੁਰਨਾ ਫੁਰਿਆ ਅਜਮਾ ਲੈਣ ਵਿੱਚ ਕੀ ਹਰਜ ਹੈ ਸੋ ਨੁਸਖਾ ਅਜਮਾਉਂਦਿਆਂ ਉੱਚੀ ਆਵਾਜ਼ ਵਿੱਚ ਮਾਨ ਸਿੰਘ ਗਰਜ ਕੇ ਬੋਲਿਆ ਓ ਜੋ ਪਿੱਛੇ ਬੈਠਿਆ ਹੈ ਉਸ ਭਾਈ ਨੂੰ ਮੇਰੀ ਆਵਾਜ਼ ਸੁਣਦੀ ਹੈ ਪਿੱਛੇ ਬੈਠੇ ਇੱਕ ਬਜ਼ੁਰਗ ਨੇ ਉੱਚੀ ਬੋਲ ਕੇ ਦੱਸਿਆ ਉਹ ਆਹੋ ਆਹੋ ਭਾਈ ਸੁਣਦੀ ਹੈ ਆਵਾਜ਼ ਸੁਣਦੀ ਹੈ ਮਾਨ ਸਿੰਘ ਨੇ ਤੁਰੰਤ ਪਲਟਵਾਰ ਕੀਤਾ ਮੇਰੀ ਆਵਾਜ਼ ਤਾਂ ਕਿਲੋਮੀਟਰ ਤੱਕ ਪਹੁੰਚ ਪਹੁੰਚਦੀ ਹੈ ਕਿ ਤੁਹਾਡਾ ਹੱਥ ਆਪਣੀ ਜੇਬ ਤੱਕ ਨਹੀਂ ਪਹੁੰਚਦਾ ਮੈਂ ਕਦੋਂ ਦਾ ਪੂਰੀ ਵਾਹ ਲਾ ਕੇ ਤੁਹਾਡੇ ਤੱਕ ਕਥਾ ਪਹੁੰਚਾਰਿਆ ਹਾਂ ਪਰ ਤੁਸੀਂ 2-4 ਡਾਲਰ ਵੀ ਸਟੇਜ ਤੱਕ ਨਹੀਂ ਪਹੁੰਚਾ ਸਕਦੇ ਮੁਫਤ ਵਿੱਚ ਲਈ ਚੀਜ਼ ਦਾ ਲਾਹਾ ਨਹੀਂ ਮਿਲਦਾ ਇਹ ਤਾਂ ਇੱਕ ਤਰ੍ਹਾਂ ਦੀ ਚੋਰੀ ਹੈ ਜਾਂ ਸੀਨਾ ਜੋਰੀ ਹੈ ਜੇ ਗੁਰਦੁਆਰਿਆਂ ਜੇ ਗੁਰਦੁਆਰਿਆਂ ਤਾਂ ਛਕਦੇ ਰਹੀਏ ਪਰ ਗੋਲਕ ਵਿੱਚ ਪੈਸਾ ਕੋਈ ਨਾ ਪਾਈਏ ਤਾਂ ਲੰਗਰ ਛਕਣਾ ਪਾਪ ਹੈ ਜੇ ਪਾਠ ਕਰਵਾ ਲਈਏ ਪਰ ਪਾਠੀਆਂ ਨੂੰ ਭੇਟਾ ਨਾ ਦਈਏ ਤਾਂ ਇਹ ਵੀ ਪਾਪ ਹੈ ਜੇ ਕੀਰਤਨ ਸੁਣ ਲਈਏ ਕਿ ਇਤਨੇ ਜਥੇ ਨੂੰ ਸੇਵਾ ਫਲ ਨਾ ਦਈਏ ਤਾਂ ਇਹ ਵੀ ਪਾਪ ਹੈ ਇਸੇ ਤਰ੍ਹਾਂ ਕਥਾਕਾਰ ਬਾਰੇ ਸਮਝ ਲਓ ਮੈਂ ਕਦੋਂ ਦਾ ਸੰਗ ਪਾੜ ਪਾੜ ਕੇ ਕਥਾ ਸੁਣਾ ਰਿਹਾ ਮੁੱਖਤ ਵਿੱਚ ਕਥਾ ਸੁਣੂਗੇ ਤਾਂ ਫਲ ਦੀ ਆਸ ਨਾ ਕਰਿਓ ਇੰਨਾ ਕਹਿਣ ਦੀ ਧੀਰ ਸੀ ਤਾਂ ਗਿਆਨੀ ਮਾਨ ਸਿੰਘ ਅੱਗੇ ਵਾ ਵਾ ਮਾਇਆ ਦੀ ਢੇਰੀ ਲੱਗ ਗਈ ਇੰਨੀ ਕ ਰੜਕਵੀ ਗੱਲ ਨਾ ਕਰਦਾ ਤਾਂ ਸ਼ਾਇਦ ਸਾਰਿਆਂ ਨੇ ਟਾਲਾ ਹੀ ਬਚ ਜਾਣਾ ਬਟ ਜਾਣਾ ਸੀ ਕਿ ਕਿਹੜਾ ਪੈਸੇ ਦੇਵੇ ਇਹ ਤਾਂ ਰੋਜ਼ ਹੀ ਮੰਗੀ ਜਾਂਦੇ ਨੇ ਬਹੁਤ ਇਸ ਤਰ੍ਹਾਂ ਦੀਆਂ ਚਾਲਬਾਜ਼ੀਆਂ ਗਿਆਨੀ ਮਾਨ ਸਿੰਘ ਨੂੰ ਆਉਂਦੀਆਂ ਸੀ ਤੇ ਬਾਕੀ ਪ੍ਰਚਾਰਕਾਂ ਨੇ ਉਹਦੇ ਕੋਲੋਂ ਕਾਫੀ ਕੁਝ ਸਿੱਖਿਆ ਪਰ ਬਹੁਤ ਸਾਰੇ ਉਹਦੇ ਨਾਲ ਖਾਰਬੀ ਖਾਂਦੇ ਸੀ ਤੇ ਕਈਆਂ ਦੀ ਉਹਨੇ ਲਾਪਾ ਵੀ ਕੀਤੀ ਤੇ ਸਟੇਜਾਂ ਦੇ ਵੀ ਕਈਆਂ ਨੂੰ ਉਹ ਸ਼ਰਮਸ਼ਾਰ ਕਰਕੇ ਭੇਜ ਦਿੰਦਾ ਸੀ ਇਹ ਇੱਕ ਵੱਖਰਾ ਵਿਸ਼ਾ ਹੈ ਬਹੁਤ ਕੁਝ ਅਜੇ ਖੋਜ ਹੋਣੀ ਬਾਕੀ ਹੈ ਆਕੂ ਸਤਨਾਮ